ਲਾਡਾ ਨਾਲ ਪਾਲੀ ਧੀ ਦੇ ਵੱਲੋਂ ਹੀ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਹੈ। ਇਲਾਕਾ ਵਾਸੀਆਂ ਨੇ ਦੱਸਿਆ ਹੈ ਕਿ ਅਕਸਰ ਹੀ ਇਸ ਧੀ ਦੇ ਵੱਲੋਂ ਆਪਣੀ ਮਾਂ ਦੀ ਕੁੱਟਮਾਰ ਕੀਤੀ ਜਾਂਦੀ ਸੀ। ਕਈ ਦਿਨਾਂ ਤੋਂ ਤਾਂ ਰੋਜ਼ਾਨਾ ਹੀ ਮਾਂ ਨੂੰ ਕੁੱਟਿਆ ਜਾ ਰਿਹਾ ਸੀ, ਪਰ ਫਿਰ ਵੀ ਇਸ ਮਾਂ ਦੇ ਵੱਲੋਂ ਕਦੇ ਧੀ ਦੇ ਖਿਲਾਫ ਸ਼ਿਕਾਇਤ ਨਹੀਂ ਦਿੱਤੀ ਗਈ, ਪਰ ਇਸ ਧੀ ਦੇ ਵੱਲੋਂ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਜ਼ਰੂਰ ਕਰ ਦਿੱਤਾ ਗਿਆ, ਜਿਸ ਨੂੰ ਲੈ ਕੇ ਇਲਾਕਾ ਵਾਸੀ ਵੀ ਹੈਰਾਨ ਨੇ ਅਤੇ ਇਨਸਾਫ ਦੀ ਮੰਗ ਕਰ ਰਹੇ ਨੇ। ਇਹ ਮਾਮਲਾ ਭਵਾਨੀਗੜ੍ਹ ਤੋਂ ਸਾਹਮਣੇ ਆਇਆ ਹੈ, ਜਿੱਥੇ ਇਲਾਕੇ 'ਚ ਰਹਿੰਦੀ ਇੱਕ ਘਰ 'ਚ ਮਾਂ ਧੀ ਦੇ ਰਿਸ਼ਤੇ ਦੇ ਵਿੱਚ ਇਸ ਕਦਰ ਦਰਾਰ ਪਈ ਕਿ ਧੀ ਦੇ ਵੱਲੋਂ ਬੇਰਹਿਮੀ ਦੇ ਨਾਲ ਆਪਣੀ ਮਾਂ ਦਾ ਸਿਰ 'ਚ ਥਾਪੀਆਂ ਮਾਰ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ 70 ਸਾਲ ਦੀ ਬਜ਼ੁਰਗ ਇੱਕ ਦੁਕਾਨ ਦੇ ਵਿੱਚ ਮਿਰਚਾਂ ਮਸਾਲੇ ਕੁੱਟਣ ਦਾ ਕੰਮ ਕਰਦੀ ਸੀ ਅਤੇ ਧੀ ਵੀ ਇਸ ਦੇ ਨਾਲ ਹੀ ਰਹਿੰਦੀ ਸੀ। ਧੀ ਅਕਸਰ ਹੀ ਆਪਣੀ ਮਾਂ ਦੀ ਕੁੱਟਮਾਰ ਕਰਦੀ ਰਹਿੰਦੀ ਸੀ, ਤਾਂ ਇੱਕ ਰਾਤ ਇਸ ਧੀ ਦੇ ਵੱਲੋਂ ਆਪਣੀ ਮਾਂ ਨੂੰ ਥਾਪੀਆਂ ਮਾਰ ਮਾਰ ਕੇ ਮਾਰ ਦਿੱਤਾ ਗਿਆ, ਜਿਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਸਵੇਰੇ ਮਾਂ ਕੰਮ ਤੇ ਨਹੀਂ ਪਹੁੰਚੀ। ਉਧਰ ਪੁਲਿਸ ਦੇ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇੱਥੇ ਸਾਡੇ ਸਾਹਮਣੇ ਇੱਥੇ ਇੱਕ ਬਜ਼ੁਰਗ ਔਰਤ 10 ਤੋਂ 12 ਸਾਲ ਤੋਂ ਮਸਾਲਾ ਮਿਰਚਾਂ ਪਿਸਾਈ ਦਾ ਕੰਮ ਕਰਦੀ ਸੀ। ਪਹਿਲਾਂ ਇਹਦੀ ਬੇਟੇ ਦੀ ਸੁਸਾਈਡ ਕਾਰਨ ਡੈਥ ਹੋ ਗਈ ਸੀ, ਨੂੰਹ ਆਪਣੇ ਪੇਕੇ ਵਾਪਸ ਚਲੀ ਗਈ ਸੀ ਜੀ। ਇਹ ਕੁੜੀ ਪਹਿਲਾਂ 3-4 ਮਹੀਨੇ ਤੋਂ ਪਹਿਲਾਂ ਸਮਾਣੇ ਕਿਸੇ ਫੈਕਟਰੀ 'ਚ ਜੌਬ ਕਰਦੀ ਸੀ, ਹੁਣ 3-4 ਮਹੀਨੇ ਤੋਂ ਇਹ ਲਗਾਤਾਰ ਆਪਣੀ ਮਾਂ ਨੂੰ ਰੋਜ਼ ਕੁੱਟਣਾ, ਰੋਜ਼ ਕਰਨਾ, ਰੋਜ਼ ਇਹਨਾਂ ਦੇ ਕਲੇਸ਼ ਹੁੰਦਾ ਸੀ, ਕੁੱਟਦੀ ਸੀ, ਕਰਦੀ ਸੀ। ਅੱਜ ਸਵੇਰੇ ਇਸਨੇ ਆਪਣੀ ਮਾਂ ਨੂੰ ਸਾਡੇ ਦੱਸਣ ਤੋਂ ਪਹਿਲਾਂ ਸਾਡੇ ਕੋਲੇ ਇਹ ਕਰੀਬ 3 ਵਜੇ ਦੇ ਕਰੀਬ ਪੋਸਟ ਆਫਿਸ ਦੇ ਵਿੱਚ ਗਈ ਰਕੇਸ਼ ਕੋਲੇ, ਉਹਨੂੰ ਕਿਹਾ ਵੀ ਮੇਰੀ ਮਦਰ ਬੈੱਡ ਤੋਂ ਗਿਰ ਗਈ। ਜਦੋਂ ਆ ਕੇ ਉਹਦੀ ਸਿਚੁਏਸ਼ਨ ਦੇਖੀ, ਉਹ ਖੂਨ ਨਾਲ ਲੱਥ-ਪੱਥ ਹੋਈ ਹੋਈ ਸੀ ਜੀ। ਖੂਨ ਨਾਲ ਲੱਥ-ਪੱਥ ਦੇਖ ਕੇ ਅਸੀਂ ਨਾਲ ਦੀ ਨਾਲ ਪੁਲਿਸ ਨੂੰ ਇਨਫੋਰਮ ਕਰਿਆ। ਪੁਲਿਸ ਨੇ ਆ ਕੇ ਆਪਣੀ ਇਨਕੁਆਇਰੀ ਕਰੀ। ਪੁਲਿਸ ਨੇ ਜਦੋਂ ਇਨਕੁਆਇਰੀ ਕੀਤੀ ਤਾਂ ਪੁਲਿਸ ਨੇ ਦੇਖਿਆ ਤਾਂ ਉਹਦੇ ਬਹੁਤ ਬੁਰੀ ਤਰ੍ਹਾਂ ਸਾਰੇ ਸਰੀਰ ਤੇ ਸੱਟਾਂ ਲੱਗੀਆਂ ਹੋਈਆਂ ਸੀ, ਮੂੰਹ ਤੇ। ਫਿਰ ਪੁਲਿਸ ਨੂੰ ਥਾਪੀ ਵੀ ਬਰਾਮਦ ਹੋ ਗਈ ਜੋ ਖੂਨ ਨਾਲ ਲੱਥ-ਪੱਥ ਸੀ, ਜਿਸ ਨਾਲ ਉਹਨੇ ਉਹਦੇ ਤੇ ਹਮਲਾ ਕੀਤਾ ਤਾਂ ਮਾਰੀ। ਦੇਖੋ ਜੀ, ਇੱਥੇ ਰੋਜ਼ 1 ਮਹੀਨੇ ਤੋਂ ਰੈਗੂਲਰ ਇਹਨੂੰ ਮਾਰਦੀ ਸੀ, 1-2 ਵਾਰੀ ਪੁਲਿਸ ਵੀ ਆਈ ਹੈ। ਜੋ ਸਿਚੁਏਸ਼ਨ ਬਾਡੀ ਤੋਂ ਲੱਗਦੀ ਹੈ, ਹੋਰ ਕੁਛ ਇਹਦੀ ਕੋਈ ਐਂਟਰੀ ਨਹੀਂ ਹੋਈ। ਇਹਨੇ 3-4 ਘੰਟੇ ਦੇ ਕਰੀਬ ਕਿਸੇ ਨੂੰ ਦੱਸਿਆ ਨੀ ਵੀ ਮੇਰੀ ਮਾਂ ਗਿਰ ਗਈ ਜਾਂ ਹੋਰ ਕਰ ਗਈ। ਆਵਾਜ਼ ਜੀ ਇਹ ਨੀ ਪਤਾ ਜੀ, ਸਵੇਰ 3-4 ਵਜੇ ਦੀ ਹੋਈ ਹੋਈ ਆ। ਇਹ ਤਾਂ 2 ਵਜੇ ਤੋਂ ਬਾਅਦ ਅਪਰੋਕਸੀਮੇਟਲੀ ਗਈ ਹੈ ਉਹਦੇ ਕੋਲ। ਕਿੰਨੇ ਕੁ ਸਮੇਂ ਤੋਂ ਰਹਿ ਰਹੀ ਸੀ ਇਹ? ਹੋ ਗਏ ਜੀ 8-10 ਸਾਲ। ਇਹਨਾਂ ਦੀ ਉਮਰ ਕਿੰਨੀ ਸੀ ਜੀ? 35-40 ਸਾਲ ਕੁੜੀ ਦੀ ਉਮਰ ਸੀ। ਨੀਤੂ ਰਾਣੀ ਮਾਤਾ ਦੀ ਉਮਰ ਹੋਊਗੀ ਅਪਰੋਕਸੀਮੇਟਲੀ 70 ਸਾਲ। ਨਾਮ ਕੀ ਜੀ ਮਾਤਾ ਦਾ? ਮੂਰਤੀ ਦੇਵੀ। ਮਿਰਚਾਂ ਪੀਸਣ ਦਾ ਮਦਰ ਇਹ ਕਰਦੀ ਸੀ ਕਾਫੀ ਦੇਰ ਤੋਂ। ਹੁਣ ਜਦੋਂ ਦੀ ਇਹਨੇ 2 ਮਹੀਨੇ ਹੋ ਗਏ ਜੌਬ ਛੱਡੀ ਹੈ ਫੈਕਟਰੀ ਫੁੱਟੀ ਤੋਂ, ਇੱਥੇ ਨਾਲ ਹੀ ਸਾਰਾ ਦਿਨ ਰਹਿੰਦੀ ਸੀ। ਕਾਰਨ ਕੀ ਲੱਗਦਾ ਤੁਹਾਨੂੰ? ਕਾਰਨ ਕੀ ਜੀ, ਕੁਛ ਪਤਾ ਨਹੀਂ। ਰੋਜ਼ ਦਾ ਕਲੇਸ਼ ਹੁੰਦਾ ਸੀ, ਮਾਂ ਨੂੰ ਕਹਿੰਦੇ ਸੀ ਤੂੰ ਪੁਲਿਸ ਨੂੰ ਇਨਫੋਰਮ ਕਰ ਦੇ, ਉਹ ਕਹਿੰਦੀ ਸੀ ਨਹੀਂ, ਫੇਰ ਵੀ ਮਾਂ ਹੈ, ਉਹ ਫੇਰ ਵੀ ਮੇਰੀ ਕੁੜੀ ਜੇਲ੍ਹ ਚਲੀ ਜਾਊ, ਫੇਰ ਹੋਈ ਚੱਲ। ਕੁੱਟਮਾਰ ਉਹਦੀ ਬਹੁਤ ਹੁੰਦੀ ਸੀ, ਇਹਨੂੰ ਦੁਕਾਨ ਚੋਂ ਘਰੋਂ ਕੱਢ ਦਿੰਦੀ ਸੀ। ਇੱਥੇ ਨਾਲ ਆਪਣੇ ਇੱਥੇ ਬਿਹਾਰੀ ਨੇ ਬਿਸਕੁਟ ਦੀ ਫੈਕਟਰੀ ਕਰਦੇ ਨੇ, ਕਈ ਵਾਰੀ ਉਹਨਾਂ ਦੇ ਘਰੇ ਵੀ ਮਾਤਾ ਜਾ ਕੇ ਸੁਣਦੀ ਰਾਤ ਨੂੰ, ਉਹਨੂੰ ਰਾਤ ਨੂੰ ਘਰੋਂ ਕੱਢ ਦਿੰਦੀ। ਲੜਕੇ ਹੁਣ ਕਿੱਥੇ ਗਏ? ਪੁਲਿਸ ਮੌਕੇ ਤੇ, ਪੁਲਿਸ ਪ੍ਰਸ਼ਾਸਨ ਮੌਕੇ ਤੇ ਫੋਨ ਕਰਨ ਤੋਂ ਬਾਅਦ 5-4 ਮਿੰਟ ਚ ਪਹੁੰਚ ਗਏ। ਉਹਨਾਂ ਨੇ ਆਪਣੀ ਪੈਰਵਾਈ ਪੂਰੀ ਕਰੀ ਜੋ ਵੀ। ਅੱਜ ਨਾ ਸਾਨੂੰ ਤਲਾਹ ਮਿਲੀ ਸੀ ਵੀ ਮੂਰਤੀ ਪਤਨੀ ਸੋਹਣ ਲਾਲ
ਵਾਸੀ ਗਊਸ਼ਾਲਾ ਚੌਂਕ ਭਵਾਨੀਗੜ੍ਹ ਦੀ ਮੌਤ ਹੋ ਗਈ ਹੈ, ਜਿਸ ਦੇ ਸੰਬੰਧ ਦੇ ਵਿੱਚ ਅਸੀਂ ਇੱਥੇ ਮੌਕੇ 'ਤੇ ਪਹੁੰਚੇ ਹਾਂ ਅਤੇ ਇਹਦੇ ਵਾਰਸਾਂ ਦੇ ਬਿਆਨ ਹਾਸਲ ਕਰਨ ਉਪਰੰਤ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਅਮਲ ਵਿੱਚ ਲਿਆਂਦੀ ਜਾਊਗੀ।